ਸਤਿ ਸ਼੍ਰੀ ਅਕਾਲ ਲੋਕਾਂ ਨੂੰ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ ਜੀ। ਦੋਸਤੋ, ਆਖਰ ਜਿਹੜੀ ਜਲੰਧਰ ਦਾ ਸਿਆਸੀ ਪੀੜ ਹੈ ਉਹ ਭਖਿਆ ਹੋਇਆ। ਫਿਲਹਾਲ ਅਜੇ ਤੱਕ ਕੋਈ ਸਥਿਤੀ ਕਲੀਅਰ ਨਹੀਂ ਹੈਗੀ ਕਿ ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ। ਜਿਹੜੇ ਸਰਵੇ ਨੇ ਸਮੇਂ ਸਮੇਂ ਦੇ ਉੱਤੇ ਬਦਲ ਰਹੇ ਨੇ। ਪਹਿਲਾਂ ਵਿਚਾਰ ਹੁੰਦੇ ਨੇ ਜਦੋਂ ਇਲੈਕਸ਼ਨ ਹੋ ਜਾਂਦੀ ਹੈ, ਵੋਟਿੰਗ ਜਦੋਂ ਕੰਪਲੀਟ ਹੋ ਜਾਂਦੀ ਹੈ, ਉਦੋਂ ਜਦੋਂ ਨਤੀਜੇ ਆਉਂਦੇ ਨੇ ਉਦੋਂ ਹੀ ਗੱਲ ਕਲੀਅਰ ਹੁੰਦੀ ਹੈ ਕਿ ਅਸਲ ਦੇ ਵਿੱਚ ਜਿਹੜਾ ਸਿਆਸੀ ਵੋਟ ਹੈ ਉਹਨੇ ਜਿਹੜੀ ਕਰਵਟ ਹੈ ਕਿਸ ਪਾਰਟੀ ਵੱਲ ਲੈ ਲਈ। ਹੁਣ ਤਾਂ ਸਰਵੇ ਹੀ ਨੇ, ਕੋਈ ਕਹਿੰਦਾ ਕਾਂਗਰਸ ਹਾਰ ਰਹੀ ਹੈ, ਕੋਈ ਕਹਿੰਦਾ ਬੀਜੇਪੀ ਹਾਰ ਰਹੀ ਹੈ, ਕੋਈ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਹਾਰ ਰਿਹਾ, ਕੋਈ ਕਹਿੰਦਾ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਹਾਰ ਰਹੀ ਹੈ। ਤੇ ਜਦੋਂ ਜਿੱਤਣ ਦੀ ਗੱਲ ਆਉਂਦੀ ਹੈ ਉਦੋਂ ਵੀ ਏਦਾਂ ਹੀ ਹੁੰਦਾ। ਪਰ ਕਿਤੇ ਨਾ ਕਿਤੇ ਜੇਕਰ ਆਪਾਂ ਸਿਆਸੀ ਉਸ ਗਰਾਊਂਡ ਨੂੰ ਸਮਝੀਏ, ਆਪਾਂ ਸਮਝੀਏ ਕਿ ਜਲੰਧਰ ਦੇ ਵਿੱਚ ਅਸਲ ਦੇ ਵਿੱਚ ਵਾਪਰ ਕੀ ਰਿਹਾ, ਤਾਂ ਆਪਾਂ ਨੂੰ ਜਲੰਧਰ ਜਾਣਾ ਹੋਊਗਾ, ਤਾਂ ਆਪਾਂ ਨੂੰ ਜਲੰਧਰ ਜਾ ਕੇ ਸਮਝਣਾ ਪਊਗਾ, ਲੋਕਾਂ ਦੇ ਨਾਲ ਰਾਬਤਾ ਕਰਨਾ ਪਊਗਾ। ਸੋ ਇਸੇ ਕਰਕੇ ਡਾਕਟਰ ਸਾਹਿਬ ਨੂੰ ਅੱਜ ਅਸੀਂ ਆਪਣੇ ਨਾਲ ਲਿਆ, ਕਿਉਂਕਿ ਡਾਕਟਰ ਸਾਹਿਬ ਨੇ ਜਲੰਧਰ ਦੇ ਵਿੱਚ ਜਾ ਕੇ ਜਿਹੜੀ ਸਾਰੀ ਸਥਿਤੀ ਆ ਉਹ ਦੇਖੀ, ਜਲੰਧਰ ਦੇ ਵਿੱਚ ਹਾਲਾਤ ਕਿੱਦਾਂ ਦੇ ਨੇ ਉਹ ਦੇਖੇ, ਲੋਕ ਕਿਸ ਪਾਰਟੀ ਵੱਲ ਲੋਕਾਂ ਦਾ ਰੁਝਾਨ ਹੈਗਾ, ਕਿਸ ਪਾਰਟੀ ਦੇ ਕੰਮ ਚੰਗੇ ਲੱਗ ਰਹੇ ਨੇ ਲੋਕਾਂ ਨੂੰ, ਤੇ ਕਿਸ ਦੇ ਸਿਰ ਦੇ ਉੱਤੇ ਜਾਂ ਕਿਸੇ ਮੱਥੇ ਦੇ ਉੱਤੇ ਜਿਹੜਾ ਸਿਹਰਾ ਜਿੱਤ ਵਾਲਾ ਉਹ ਪਾਰਟੀ ਜਿਹੜੀ ਹੈ ਦੇ ਉਹ ਬੰਨਿਆ ਜਾਊਗਾ। ਸੋ ਡਾਕਟਰ ਸਾਹਿਬ ਨਾਲ ਆਪਾਂ ਇਸੇ ਕਰਕੇ ਜੁੜੇ ਹਾਂ। ਡਾਕਟਰ ਸਾਹਿਬ ਜਲੰਧਰ ਤੋਂ ਜਾ ਕੇ ਆਏ ਨੇ, ਉੱਥੇ ਪ੍ਰਚਾਰ ਵੀ ਕਰਕੇ ਆਏ ਨੇ, ਸਭ ਕੁਛ ਨੇੜੇ ਤੋਂ ਦੇਖ ਕੇ ਆਏ ਨੇ। ਸਾਰੇ ਸਿਆਸੀ ਪਾਰਟੀਆਂ ਦੇ ਜਿਹੜੇ ਰੰਗ ਢੰਗ ਨੇ ਉਹਨੂੰ ਵੀ ਲੋਕਾਂ 'ਚ ਦੇਖ ਕੇ ਆਏ ਨੇ ਕਿ ਕਿਹੜੀ ਪਾਰਟੀ ਨੂੰ ਲੋਕਾਂ ਵੱਲੋਂ ਆਖਿਰ ਕਿੰਨਾ ਕੁ ਰਿਸਪੋਂਸ ਜਿਹੜਾ ਹੈਗਾ ਉਹ ਮਿਲ ਰਿਹਾ। ਡਾਕਟਰ ਸਾਹਿਬ ਕੀ ਹਾਲਾਤ ਨੇ ਜਲੰਧਰ ਦੇ ਵਿੱਚ? ਭੰਗੂ ਸਾਹਿਬ, ਪਹਿਲਾਂ ਤਾਂ ਮੈਂ ਇਹ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ, ਸਾਰੀ ਟੀਮ ਦਾ, ਕਿ ਤੁਸੀਂ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ। ਜਿੱਥੋਂ ਤੱਕ ਜਲੰਧਰ ਜ਼ਿਮਨੀ ਚੋਣ ਦਾ ਸੰਬੰਧ ਹੈ, ਔਰ ਜਿਵੇਂ ਤੁਸੀਂ ਦੱਸਿਆ ਹੈ ਕਿ ਮੈਨੂੰ ਲਗਭਗ 9 ਦੀਆਂ 9 ਵਿਧਾਨ ਸਭਾ ਜਿਹੜੀਆਂ ਹੈਗੀਆਂ ਨੇ ਜਲੰਧਰ ਦੀਆਂ, ਲੋਕ ਸਭਾ ਸੀਟ ਦੀਆਂ, ਤਾਂ ਉੱਥੇ ਜਾਣ ਦਾ ਮੌਕਾ ਮਿਲਿਆ, ਲੋਕਾਂ ਨਾਲ ਮੀਟਿੰਗਾਂ ਕਰਨ ਦਾ ਵੀ ਮੌਕਾ ਮਿਲਿਆ। ਔਰ ਖਾਸ ਤੌਰ 'ਤੇ ਜਿਹੜੇ ਕਿਸੇ ਵੇਲੇ ਵਿਰੋਧੀ ਪਾਰਟੀਆਂ 'ਚ ਹੁੰਦੇ ਸੀ, ਖਾਸ ਤੌਰ 'ਤੇ ਕੋਈ ਬੀਜੇਪੀ ਦੇ ਵਿੱਚ, ਕੋਈ ਅਕਾਲੀ ਦਲ ਦੇ ਵਿੱਚ ਸੀਗਾ, ਔਰ ਕੋਈ ਕਾਂਗਰਸ ਦੇ ਵਿੱਚ ਸੀਗਾ, ਤਾਂ ਇਹ ਸਾਰੇ ਜਿਹੜੇ ਨੁਮਾਇੰਦੇ ਨੇ ਜਾਂ ਲੀਡਰ ਨੇ, ਚਾਹੇ ਛੋਟੇ ਲੀਡਰ ਨੇ ਚਾਹੇ ਵੱਡੇ ਲੀਡਰ ਨੇ, ਇਹ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਫਟ ਹੋ ਰਹੇ ਨੇ ਲਗਾਤਾਰ, ਔਰ ਇਹ ਜਿਹੜੀ ਗਤੀ ਹੈ ਤੇਜ਼ੀ ਨਾਲ ਇਹਦੇ ਵਿੱਚ ਵਾਧਾ ਹੋ ਰਿਹਾ, ਔਰ ਹਰ ਰੋਜ਼ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਜਿਉਂ ਜਿਉਂ 10 ਤਰੀਕ ਨੇੜੇ ਆ ਰਹੀ ਹੈ, ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਫਟ ਹੋਣਾ ਜਿਹੜਾ ਹੈਗਾ ਨੇ ਉਹ ਚੰਗਾ ਸਮਝ ਰਹੇ ਨੇ, ਔਰ ਸ਼ਿਫਟ ਹੋ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਥੋਂ ਸਾਨੂੰ ਅੰਦਾਜ਼ਾ ਕੀ ਹੁੰਦਾ, ਇੱਥੋਂ ਅੰਦਾਜ਼ਾ ਇਹ ਹੋ ਰਿਹਾ ਹੈ ਕਿ ਬਾਕੀ ਜਿਹੜੀਆਂ ਪਾਰਟੀਆਂ ਨੇ, ਚਾਹੇ ਅਕਾਲੀ ਦਲ ਬੀਜੇਪੀ ਹੈ, ਚਾਹੇ ਉਹ ਕਾਂਗਰਸ ਹੈ, ਜਾਂ ਕੋਈ ਹੋਰ ਪਾਰਟੀਆਂ ਨੇ, ਉਹਨਾਂ ਤੋਂ ਲੋਕ ਖੁਸ਼ ਨਜ਼ਰ ਨਹੀਂ ਆ ਰਹੇ। ਇਹਦਾ ਵੱਡਾ ਕਾਰਨ ਉਹ ਇਹ ਕਹਿੰਦੇ ਨੇ ਕਿ ਸਾਨੂੰ ਬਿਜਲੀ ਮਾਫ਼ ਕੀਤੀ ਗਈ, ਇਸ ਕਰਕੇ ਅਸੀਂ, ਜਦੋਂ ਉਹਨੂੰ ਕਾਰਨ ਪੁੱਛਿਆ ਜਾਂਦਾ ਕਿ ਤੁਸੀਂ ਕਿਉਂ, ਤੁਹਾਨੂੰ ਆਮ ਆਦਮੀ ਪਾਰਟੀ ਚੰਗੀ ਲੱਗਦੀ ਹੈ, ਤਾਂ ਇਹ ਲੋਕ ਕਹਿੰਦੇ ਨੇ ਕਿ ਸਾਨੂੰ ਬਿਜਲੀ ਦੇ ਬਿੱਲ ਮਾਫ਼ ਹੋਏ ਨੇ, ਇਸ ਕਰਕੇ ਅਸੀਂ ਪ੍ਰਭਾਵਿਤ ਹੋਏ ਹਾਂ। ਕੋਈ ਕਹਿੰਦਾ ਜੀ ਸਾਡੇ ਜਿਹੜੇ ਬੱਚੇ ਨੇ ਉਹ ਬਾਹਰ, ਕਿਉਂਕਿ ਜਲੰਧਰ ਦਾ ਏਰੀਆ ਬਾਹਰ ਬਹੁਤ ਗਿਆ ਹੋਇਆ, ਸੋ ਇਸ ਕਰਕੇ ਜੇਕਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਥੇ ਮਾਹੌਲ ਉਹਨਾਂ ਨੂੰ ਵਧੀਆ ਮਿਲੇਗਾ, ਇੱਥੇ ਉਹਨਾਂ ਨੂੰ ਇੰਡਸਟਰੀ ਮਿਲੇਗੀ, ਇੱਥੇ ਰੁਜ਼ਗਾਰ ਮਿਲੇਗਾ, ਤਾਂ ਇੱਕ ਆਸ ਦੀ ਕਿਰਨ ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਜਾਗੀ ਹੈ, ਸੋ ਇਹ ਵੀ ਉਹਨਾਂ ਨੂੰ ਚੰਗਾ ਲੱਗ ਰਿਹਾ ਹੈ। ਦੂਜੇ ਪਾਸੇ ਜਿਹੜੀਆਂ ਮੁਹੱਲਾ ਕਲੀਨਿਕਾਂ ਨੇ ਉਹ ਲਗਾਤਾਰ ਖੁੱਲ੍ਹ ਰਹੀਆਂ ਨੇ, ਯਾਨੀ ਕਿ ਹੈਲਥ ਦੇ ਉੱਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਸਕੂਲਾਂ ਨੂੰ ਵਧੀਆ ਬਣਾਇਆ ਜਾ ਰਿਹਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੁੱਲ ਮਿਲਾ ਕੇ ਜਿਹੜੀ 1 ਸਾਲ ਦੀ ਜਿਹੜੀ ਕਾਰਜਸ਼ੈਲੀ ਹੈ ਆਮ ਆਦਮੀ ਪਾਰਟੀ ਦੀ, ਜਾਂ ਉਹਨਾਂ ਨੇ ਜੋ ਕੰਮ ਕੀਤੇ ਨੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ, ਤਾਂ ਉੱਥੋਂ ਕਾਫੀ ਖੁਸ਼ ਜਿਹੜੇ ਨੇ ਉਹ ਜਲੰਧਰ ਦੇ ਲੋਕ, ਚਾਹੇ ਉਹ ਪਿੰਡਾਂ 'ਚ ਹੋਣ ਚਾਹੇ ਸ਼ਹਿਰਾਂ 'ਚ ਹੋਣ, ਉਹ ਖੁਸ਼ ਨਜ਼ਰ ਆ ਰਹੇ ਨੇ, ਔਰ ਲਗਾਤਾਰ ਉਹਨਾਂ ਦੇ ਜਿਹੜੇ ਲੀਡਰ ਨੇ, ਉਹਨਾਂ ਦੇ ਨੁਮਾਇੰਦੇ ਨੇ, ਉਹ ਆਮ ਆਦਮੀ ਪਾਰਟੀ ਵੱਲ ਜਾ ਰਹੇ ਨੇ। ਸੋ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਆਉਣ ਵਾਲੀ 10 ਤਰੀਕ ਨੂੰ ਕਾਫੀ ਵੱਡੀ ਲੀਡ ਦੇ ਉੱਤੇ ਜਿੱਤ ਸਕਦੀ ਹੈ, ਇਹਦੀਆਂ ਜ਼ਿਆਦਾ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ। ਭੰਗੂ ਸਾਹਿਬ ਜੀ, ਆਮ ਆਦਮੀ ਪਾਰਟੀ ਦਾ ਤੁਸੀਂ ਪ੍ਰਮੁੱਖ ਮੁਕਾਬਲਾ ਕਿਸ ਨਾਲ ਮੰਨਦੇ ਹੋ ਡਾਕਟਰ ਸਾਹਿਬ? ਦੇਖੋ, ਜਿੱਥੋਂ ਤੱਕ ਮੁਕਾਬਲੇ ਦੀ ਗੱਲ ਹੈ, ਮੈਨੂੰ ਇਹ ਲੱਗਦਾ ਹੈ ਕਿਉਂਕਿ ਕਾਂਗਰਸ ਦਾ ਗੜ ਰਿਹਾ ਪਿਛਲੇ ਲੰਬੇ ਸਮੇਂ ਤੋਂ,
और चौधरी साहब जिन्हों की आप सारे जानते हैं कि हार्ट अटैक के नाल डैथ हो गई सी और इतों के पॉपूलर लीडर से बहुत वड्डे लीडर से कद्दावर लीडर से पिछले लंबे समय तो जितते आए थे सो उस करके आप कह सकते हैं कि गढ़ जिहड़ा हैगा वह कांग्रेस का ही लोग सभा सीट के मनिया जाता सीगा सो हूँ क्योंकि उन्होंने डैथ हो चुकी है इस करके उन्होंने धर्म पत्नी इतों खड़े ने तो आप कह सकते हैं कि मुकाबला ज्यादातर जेकर है आम आदमी पार्टी का तो कांग्रेस के नाल है क्योंकि उन्होंने सिंपथी जी है लोगों को यह भी है कि बेवकती मौत जी है चौधरी साहब की हुई है होनी नहीं सी चाहती सो इस करके कि ना कि सिंपथी भी वो नज़र आ रही है सो एक लगातार कांग्रेस का गढ़ होने करके और दूसरा जोड़ा हैगा उन्होंने बेवकती मौत करके लोगों की सिंपथी जी है कांग्रेस नाल भी कितना कि दिखाई दे रही है पंगू साहब जी श्रोमणी अकाली दल के उत्तों मौजूदा MLA उम्मीदवार ने डॉक्टर सुखविंदर सुखी की स्थिति है श्रोमणी अकाली दल की देखो जितों तक कुछ एरिए दी गल है तो उत्थे जिवें तुसीं कहा कि सुखी साहब विधानसभा जित चुके ने पर क्योंकि लोग सभा सीट दे विच एरिया बहुत वड्डा हुंदा है इहदे विच 9 विधानसभावां जिहड़ियां ने ओह शामिल हैगियां ने सो आप कही कि एक थान के उत्ते जेकर सुखी जी की जी पकड़ हैगी है वो हो सकती है पर जे आप बाकी जी 8 विधानसभावां ने उन्होंने कोई बहुत ही पकड़ जी हैगी अकाली दल और बसपा की कोई बहुत ही दिखाई नहीं दे रही इस करके नुकसान जोड़ा है अकाली दल और बसपा हो सकता है क्योंकि इस वे जो मुकाबला मेन तो 4 का आप कह सकते हैं जिदे विच BJP भी शामिल है क्योंकि BJP का भी एक जड़ा है खास तौर पर जो शहरी तबका है वह गढ़ मनिया जाता है और जलंधर का शहरी एक इलाका है जिथे BJP पिछले लंबे समय तो सीट जी है कढ़ती आई है सो इस तरह कुछ जड़िया थोड़िया बहुत थाव आप कह सकते हैं जिथे इन्हों पार्टिया का दबदबा हैगा कुछ एरिए अकाली दल का है कुछ एरिए बसपा का है और कुछ एरिए BJP का है पर जे आप समुचे तौर पर जो देखना पिंडा नू देखते हैं शहरा नू देखते हैं तो उत्थों ही लगता है कि ज्यादातर जी वोट है वह आम आदमी पार्टी वाल जी है खिसकती नजर आ रही है पंगू साहब जी डॉक्टर साहब BJP दे विच बड़े कद्दावर आगू चले गए पंजाब दे विचों ते प्रचार भी कर रहे हैं जलंधर दे विच की रहूगा BJP का किन्ना तुहानू फर्क लगता पिछली इलैक्शन मोड दे नालों ते इस बार इलैक्शन कंपेन दे विच देखो जितों तक लोग सभा और BJP का संबंध है आप सारे जानते हैं कि BJP नू पंजाब दे लोकां ने कदे मूँह नहीं लाया उहदा वड्डा कारण यही है कि BJP ने हमेशा ही जो तुसी देखा होएगा कि 3 काले कानून लागू किए सीगे तो उस वेले BJP का बहुत ज़्यादा विरोध होया सीगा इन्हां दे लीडरां दा बहुत ज़्यादा विरोध होया सीगा पिंडां दे विच शहरां दे विच कस्बियां दे विच सो उस तो बाद आप देखिया कि अकाली दल जिहड़ा हैगा या कांग्रेस जिहड़ी हैगी बैकफुट ते चली गई और जिहदे करके बहुत सारे जिहड़े रुस्से होए लीडर सीगे चाहे वह कांग्रेस दे होण जिहदे विच मुख तौर पर आप कह सकते हैं कि कैप्टन अमरिंदर सिंह और उन्हां दी पूरी टीम जिहड़ी हैगी जिवें तुसीं दस्सिया है कि BJP दे विच शिफ्ट हो चुकी सीगी सो उहदे करके किते ना किते लगदा सीगा कि शायद BJP नूं बड़ा हुलारा मिलेगा पंजाब दे विच पर उस किस्म का हुलारा इस करके नहीं मिलिया क्योंकि लीडरशिप जिहड़ी हैगी है हमेशा उही पार्टी कामयाब हुंदी है जिहड़ी अपने लीडर आप पैदा करती है जदों तुसी उधारे लीडरां नाल लड़ोगे या उधारियां चीज़ां नाल लड़ोगे तो लाजमी तौर पर तुहाडी हार जिहड़ी हैगी है उहदियां ज़्यादा संभावनावां हुंदियां ने सो इस करके BJP क्योंकि हारे हुए लीडर ले आ या जिहड़े दूसरे पार्टियां दे विचों कढ़े हुए लीडर सीगे या उन्होंने लगता सीगा कि पार्टी सानू कढ़ सकती है इस करके वो लीडर जिहड़े सीगे वो BJP दे विच शामिल हो गए सीगे पर उन्हां नाल चोण जित्ती जाऊगी ये कोई बहुत ज्यादा इदां दीआं संभावनावां मैनूं नज़र नहीं आउंदियां बेशक कैप्टन साहब भी पिछले दिनों च गए सीगे उत्थे और जलंधर दे विच उन्होंने चोण प्रचार किया उन्हां दी टीम ने किया है पर जेकर कैप्टन साहब दे विच चोण जिताउण दी हिम्मत हुंदी तो अपना वो अपनी सीट ही हार गए से आप सारे जानते हैं पटियाला जिहड़ा गढ़ मन्निया जांदा सीगा कांग्रेस का और कैप्टन साहब का वह पटियाले के हारे हुए लीडर ने सो हुण जलंधर च जाके किवें जिताउणगे
ਇਹਦਾ ਕੋਈ ਜ਼ਿਆਦਾ ਮੈਨੂੰ ਸੰਭਾਵਨਾਵਾਂ ਨਹੀਂ ਲੱਗਦੀਆਂ। ਸੋ ਇਸ ਕਰਕੇ ਇਹੀ ਕਹਿ ਸਕਦੇ ਹਾਂ ਕਿ ਇਸ ਵੇਲੇ ਬੀਜੇਪੀ ਨੂੰ ਜਿਹੜਾ ਹੈਗਾ ਹੋਰ ਜ਼ਿਆਦਾ ਜ਼ੋਰ ਲਾਉਣਾ ਪੈ ਸਕਦਾ ਹੈ, ਹੋਰ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੱਲ ਨੂੰ ਕੀ ਹੁੰਦਾ ਉਹ ਵੱਖਰੀ ਗੱਲ ਹੈ, ਪਰ ਅੱਜ ਦੀ ਡੇਟ ਦੇ ਵਿੱਚ ਜਿਹੜੇ ਕਾਂਗਰਸ ਦੇ ਜਿਹੜੇ ਦੂਜੇ ਲੀਡਰ ਗਏ ਆ ਬੀਜੇਪੀ ਦੇ ਵਿੱਚ, ਉਹਨਾਂ ਤੋਂ ਸੰਭਾਵਨਾਵਾਂ ਨਹੀਂ ਪੈਦਾ ਹੋ ਸਕਦੀਆਂ ਕਿ ਉਹ ਬੀਜੇਪੀ ਨੂੰ ਸੀਟ ਕੱਢ ਕੇ ਦਵਾ ਸਕਦੇ ਆ ਜਾਂ ਉਹਨਾਂ ਨੂੰ ਜਿਤਾ ਸਕਦੇ ਆ, ਇੱਦਾਂ ਦੀਆਂ ਕੋਈ ਸੰਭਾਵਨਾਵਾਂ ਨਹੀਂ ਨਜ਼ਰ ਆਉਂਦੀਆਂ। ਭੰਗੂ ਸਾਹਿਬ, ਜਿਵੇਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਵਿੱਚੋਂ ਲਿਆ ਕੇ ਟਿਕਟ ਦਿੱਤੀ ਆ, ਉਹਦਾ ਕਿੰਨਾ ਇੰਪੈਕਟ ਹੋਊਗਾ, ਪੋਜ਼ਿਟਿਵ ਇੰਪੈਕਟ ਹੋਊਗਾ ਜਾਂ ਨੈਗੇਟਿਵ ਇੰਪੈਕਟ ਹੋਊਗਾ? ਦੇਖੋ, ਉਹਦਾ ਬੜਾ ਪੋਜ਼ਿਟਿਵ ਜਿਹੜਾ ਹੈਗਾ ਉਹ ਹੁਲਾਰਾ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ, ਕਿਉਂਕਿ ਉਹਦਾ ਵੱਡਾ ਕਾਰਨ ਇਹ ਹੈ ਕਿ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਕਾਂਗਰਸ ਦਾ ਉਹ ਰਿੰਕੂ ਦੇ ਨਾਲ ਜੁੜਿਆ ਹੋਇਆ ਸੀਗਾ, ਔਰ ਜੇਕਰ ਉਹ ਜੁੜਿਆ ਹੋਇਆ ਹਿੱਸਾ ਉਹਨਾਂ ਦੇ ਨਾਲ ਭੁਗਤਦਾ ਹੈ, ਉਹਨਾਂ ਨੂੰ ਵੋਟ ਪਾਉਂਦਾ ਹੈ, ਤਾਂ ਇਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਏਗਾ। ਇਸੇ ਕਰਕੇ ਹੀ ਆਮ ਆਦਮੀ ਪਾਰਟੀ ਨੇ ਜਿਹੜਾ ਟੈਕਟੀਕਲੀ ਜਿਹੜੀ ਇਹ ਗੇਮ ਖੇਡੀ ਹੈ ਉਹ ਇਸੇ ਕਰਕੇ ਖੇਡੀ ਹੈ ਕਿ ਕਾਂਗਰਸ ਦਾ, ਕਿਉਂਕਿ ਗੜ੍ਹ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਾਂਗਰਸ ਦੇ ਵਿੱਚੋਂ ਹੀ ਬੰਦਾ ਲਿਆ ਜਾਵੇ, ਕਿਉਂਕਿ ਕਾਂਗਰਸ ਦਾ ਗੜ੍ਹ ਨੂੰ ਤੋੜਿਆ ਜਾਵੇ। ਇਸ ਕਰਕੇ ਕਾਂਗਰਸ ਦੇ ਗੜ੍ਹ ਨੂੰ ਤੋੜਨ ਦੇ ਲਈ ਰਿੰਕੂ ਨੂੰ ਕਾਂਗਰਸ ਦੇ ਵਿੱਚੋਂ ਹੀ ਜਿਹੜਾ ਸੀਗਾ ਉਹਨੂੰ ਨੁਮਾਇੰਦਗੀ ਦਿੱਤੀ ਆ ਆਮ ਆਦਮੀ ਪਾਰਟੀ ਦੀ। ਸੋ ਇਹਦਾ ਫਾਇਦਾ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਮਿਲਣ ਦੀਆਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਭੰਗੂ ਸਾਹਿਬ, ਪਿਛਲੇ ਦਿਨ ਜਦੋਂ ਅਰਵਿੰਦ ਕੇਜਰੀਵਾਲ ਆਏ ਸੀ, ਸੰਬੋਧਨ ਹੋਏ ਸੀ ਲੋਕਾਂ ਨੂੰ, ਵੱਡੀ ਰੈਲੀ ਕੀਤੀ ਸੀ, ਉਹ ਇੱਕ ਸਪੀਚ ਕਾਫੀ ਵਾਇਰਲ ਹੋਈ ਸੀ। ਉਹ ਕਹਿੰਦੇ ਸੀ ਕਿ ਵੋਟਾਂ ਕਿਸੇ ਹੋਰ ਨੂੰ ਨਾ ਪਾਇਓ, ਕੰਮ ਕਰਾਉਣ ਦਾ ਤੁਹਾਨੂੰ ਸਾਡੇ ਕੋਲ ਹੀ ਆਉਣਾ ਪੈਣਾ, ਅਰਵਿੰਦ ਕੇਜਰੀਵਾਲ ਦਾ ਕਹਿਣਾ ਸੀ, ਉਹ ਵੀ ਲੋਕਾਂ ਦੇ ਵਿੱਚ ਬੜੀ ਜੀ। ਉਹਨਾਂ ਦਾ ਮਤਲਬ ਕਹਿਣ ਤੋਂ ਭਾਵ ਇਹ ਸੀਗਾ ਕਿ ਜਿਹਦੀ ਸੱਤਾ ਹੁੰਦੀ ਹੈ, ਜਿਹਦੀ ਵੀ ਸੱਤਾ ਜਿਹੜੀ ਪਾਰਟੀ ਦੀ ਹੁੰਦੀ ਹੈ, ਉਹਨੂੰ ਕੰਮ ਕਰਾਉਣੇ ਸੌਖੇ ਹੁੰਦੇ ਨੇ, ਕਿਉਂਕਿ ਅਫਸਰਸ਼ਾਹੀ ਉਹਨਾਂ ਦੇ ਕੰਟਰੋਲ 'ਚ ਹੁੰਦੀ ਹੈ ਜਾਂ ਹੋਰ ਜਿਹੜੇ ਲੀਡਰ ਨੇ ਸਾਰਾ ਪਾਰਟੀ ਦਾ ਕੰਟਰੋਲ ਹੁੰਦਾ, ਔਰ ਉਹ ਸੌਖਿਆ ਤਰੀਕਿਆਂ ਨਾਲ ਕਰਵਾ ਸਕਦੇ ਆ, ਉਹਨਾਂ ਕੋਲੇ ਬਜਟ ਹੁੰਦਾ, ਉਹਨਾਂ ਕੋਲੇ ਪੈਸੇ ਹੁੰਦੇ ਨੇ, ਉਹਨਾਂ ਕੋਲੇ ਤਾਕਤ ਹੁੰਦੀ ਹੈ, ਉਹਨਾਂ ਕੋਲੇ ਪ੍ਰਬੰਧਕੀ ਢਾਂਚਾ ਹੁੰਦਾ। ਸੋ ਇਸ ਕਰਕੇ ਕੇਜਰੀਵਾਲ ਜੀ ਦਾ ਮਤਲਬ ਇਹੀ ਸੀਗਾ ਕਿ ਜੇਕਰ ਇੱਥੋਂ ਲੋਕ ਸਭਾ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਜਿੱਤਦਾ ਹੈ ਤਾਂ ਉਹਨਾਂ ਨੂੰ ਕੰਮ ਕਰਾਉਣੇ ਸੌਖੇ ਹੋ ਸਕਦੇ ਨੇ। ਜੇਕਰ ਜਲੰਧਰ ਦੀ ਪੂਰੇ ਏਰੀਏ ਦੀ ਤਕਦੀਰ ਬਦਲਣੀ ਆ, ਜੇਕਰ ਇਹਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਹੈ ਜਾਂ ਇੱਥੇ ਜਿਹੜੇ ਪਏ ਹੋਏ ਕੂੜੇ ਦੇ ਢੇਰ ਵੀ ਚੱਕੇ ਜਾਣੇ ਨੇ, ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਸਾਡੇ ਕੋਲੇ ਸਾਰਾ ਪ੍ਰਬੰਧ ਹੈ। ਜਿਵੇਂ ਦਿੱਲੀ ਦੇ ਵਿੱਚ ਕੂੜੇ ਦੇ ਢੇਰ ਉਠਾਏ ਗਏ ਵੱਡੇ ਵੱਡੇ MCD ਨੂੰ ਜਿੱਤਣ ਤੋਂ ਬਾਅਦ, ਉਸੇ ਤਰ੍ਹਾਂ ਜਲੰਧਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਵੀ, ਉਹਨਾਂ ਦਾ ਮਤਲਬ ਇਹੀ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੋਕ ਸਭਾ ਦੀ ਸੀਟ ਇੱਥੋਂ ਜਿੱਤੀ ਜਾਂਦੀ ਹੈ ਤਾਂ ਉਹ ਹੱਲ ਜਿਹੜਾ ਹੈਗਾ ਆਸਾਨੀ ਨਾਲ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੀ ਰਹਿਨਮਾਈ ਦੇ ਵਿੱਚ। ਭੰਗੂ ਸਾਹਿਬ ਜੀ, ਡਾਕਟਰ ਸਾਹਿਬ, ਮੌਜੂਦਾ ਧਿਰ ਕਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੀ ਹੈ, ਜਿਹਦੇ ਬੇਸ ਤੇ ਚੋਣ ਲੜ ਰਹੀ ਹੈ, ਕੰਪੇਨ ਕਰ ਰਹੇ ਨੇ, ਕਿਹੜੀਆਂ ਗੱਲਾਂ ਨੇ ਉਹ? ਆਮ ਆਦਮੀ ਪਾਰਟੀ ਤਾਂ ਇਸੇ ਆਧਾਰ ਤੇ, ਵਿਕਾਸ ਦੇ ਆਧਾਰ ਤੇ, ਖਾਸ ਤੌਰ ਤੇ ਐਜੂਕੇਸ਼ਨ, ਹੈਲਥ, ਇਨਫਰਾਸਟ੍ਰਕਚਰ ਜਾਂ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ, ਜਿਹਦੇ ਵਿੱਚ ਬਿਜਲੀ ਹੈ, ਜਿਹਦੇ ਵਿੱਚ ਹੋਰ ਚੀਜ਼ਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ, ਉਹਦੇ ਆਧਾਰ ਦੇ ਉੱਤੇ ਹੀ ਜਿਹੜੀ ਹੈਗੀ ਆ ਚੋਣ ਲੜੀ ਜਾ ਰਹੀ ਹੈ। ਇਸੇ ਤਰ੍ਹਾਂ ਜੇ ਆਪਾਂ ਕਹੀਏ ਕਿ ਬੀਜੇਪੀ ਕੋਲੇ ਮੈਨੂੰ ਲੱਗਦਾ ਹੈ ਕਿ ਕੋਈ ਇਸ ਕਿਸਮ ਦਾ ਏਜੰਡਾ ਨਹੀਂ ਹੈ ਜਿਹੜੀ ਉਹ ਜਿਹੜਾ ਦੱਸ ਸਕੇ ਕਿ ਅਸੀਂ ਪਹਿਲਾਂ, ਸਾਡੇ ਕੋਲੇ ਜੇਕਰ 2014 ਤੋਂ ਅਸੀਂ ਸੱਤਾ 'ਚ ਹਾਂ ਤਾਂ ਅਸੀਂ ਕੀ ਕੀਤਾ ਪੰਜਾਬ ਦੇ ਲਈ, ਜਿਹੜੀਆਂ ਚੋਣਾਂ ਉਹਨਾਂ ਨੇ ਜਿੱਤੀਆਂ ਵੀ ਹੋਈਆਂ ਨੇ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ, ਉਦਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਕੋਲੇ ਕੋਈ ਲੋਕਾਂ ਦੇ ਸਵਾਲਾਂ ਦੇ ਜਵਾਬ ਨੇ। ਇਸੇ ਤਰ੍ਹਾਂ ਕਾਂਗਰਸ ਆਪਾਂ ਦੇਖੀ ਹੈ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਇਸ ਸੀਟ ਤੋਂ ਜਿੱਤਦੀ ਰਹੀ ਹੈ ਔਰ ਸੱਤਾ ਰਹੀ ਹੈ ਕਾਂਗਰਸ ਦੀ, ਪਰ ਜਲੰਧਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਲਗਭਗ ਉਸੇ ਤਰ੍ਹਾਂ ਦੀਆਂ ਰਹੀਆਂ ਨੇ, ਬਹੁਤੀ ਸੁਣਵਾਈ ਜਿਹੜੀ ਹੈਗੀ ਹੈ ਲੋਕ ਸਭਾ ਦੇ ਵਿੱਚ ਜਲੰਧਰ ਦੇ ਲੋਕਾਂ ਦੀ ਨਹੀਂ ਹੋਈ। ਸੋ ਇਸ ਕਰਕੇ ਮੈਂ ਕਹਿ ਸਕਦਾ, ਕਿਉਂਕਿ ਅਕਾਲੀ ਦਲ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਅਕਾਲੀ ਦਲ ਦਾ ਜਿਹੜਾ ਏਜੰਡਾ ਤਾਂ ਕਿਸਾਨੀ ਫੋਕਸ ਰਿਹਾ, ਕਿਉਂਕਿ ਇੱਥੇ ਜਿਹੜਾ ਹੈਗਾ ਜਲੰਧਰ ਦੇ ਲੋਕ ਇੰਡਸਟਰੀ ਚਾਹੁੰਦੇ ਆ, ਜਲੰਧਰ ਦੇ ਲੋਕ ਹੋਰ ਬਹੁਤ ਸਾਰੀਆਂ ਸਹੂਲਤਾਂ ਚਾਹੁੰਦੇ ਆ, ਉਸ ਕਿਸਮ ਦੀਆਂ ਸਹੂਲਤਾਂ ਜਾਂ ਉਸ ਕਿਸਮ ਦਾ ਪ੍ਰੋਗਰਾਮ ਜਿਹੜਾ ਹੈਗਾ ਅਕਾਲੀ ਦਲ ਜਾਂ ਬਸਪਾ ਕੋਲੇ ਨਜ਼ਰ ਨਹੀਂ ਆ ਰਿਹਾ। ਸੋ ਕੁੱਲ ਮਿਲਾ ਕੇ ਇਹੀ ਕਹਿ ਸਕਦੇ ਹਾਂ ਕਿ ਜਿਹੜੇ ਜੇਕਰ ਵਿਕਾਸ ਦੇ ਨਾਂ ਦੇ ਉੱਤੇ, ਹੈਲਥ ਦੇ ਨਾਂ ਦੇ ਉੱਤੇ, ਐਜੂਕੇਸ਼ਨ ਦੇ ਨਾਂ ਦੇ ਉੱਤੇ, ਬਿਜਲੀ ਦੇ ਨਾਂ ਦੇ ਉੱਤੇ ਕੋਈ ਲੜਾਈ ਲੜ ਰਹੀ ਹੈ ਪਾਰਟੀ, ਉਹ ਆਮ ਆਦਮੀ ਪਾਰਟੀ ਹੈ। ਔਰ ਵੱਡੀ ਗੱਲ ਇਹ ਹੈ ਕਿ ਲੋਕ ਉਹਨੂੰ ਰਿਸਪੌਂਸ ਦੇ ਰਹੇ ਨੇ, ਲੋਕ ਉਹਦੀ ਹਾਂ ਦੇ ਵਿੱਚ ਹਾਂ ਮਿਲਾ ਰਹੇ ਨੇ, ਲੋਕ ਉਹਦੇ ਵਿੱਚ ਬਾਕੀ ਪਾਰਟੀਆਂ ਨੂੰ ਛੱਡ ਕੇ ਸ਼ਿਫਟ ਹੋ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਨਕੋਦਰ ਏਰੀਆ ਜਾਂ ਹੋਰ ਜਿਹੜੇ ਦੂਸਰੇ ਇਸ ਏਰੀਏ ਦੇ ਪੰਚ ਸਰਪੰਚ ਸੀਗੇ, ਉਹ ਵੱਡੀ ਗਿਣਤੀ ਦੇ ਵਿੱਚ
ਆਮ ਆਦਮੀ ਪਾਰਟੀ ਸ਼ਾਮਿਲ ਹੋਏ ਨੇ। ਸੋ ਇਹ ਇਸ਼ਾਰੇ ਇਹੀ ਦੱਸਦੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਜਲੰਧਰ ਦੇ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਨੇ। ਪੰਗੂ ਸਾਹਿਬ ਜੀ, ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਨਾਲ ਜਿਹੜੇ ਜੁੜ ਕੇ ਜਲੰਧਰ ਦੇ ਜਿਹੜੇ ਹਾਲਾਤ ਨੇ ਤਾਜ਼ਾ ਉਹ ਦਰਸ਼ਕਾਂ ਸਾਹਮਣੇ ਰੱਖੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਜੀ, ਸੋ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭਵਿੰਦਰ ਸਿੰਘ, ਜਲੰਧਰ ਦੇ ਮਾਮਲੇ ਤੇ ਗੱਲਬਾਤ ਕੀਤੀ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ। ਧੰਨਵਾਦ।